जगराओं के बस अड्डे ते उस समय लोग हैरान रह गए जो उन्होंने दो 8 ते 10 साल के बच्चों नू अपने पिता दे नाल रोंदिया देखा। जो लोग ने उन्होंने बच्चों तो जाके रोन का कारण पूछा तो उन्होंने बच्चों की दुख भरी दास्तां सुन के लोगों के रोंगटे खड़े हो गए। जबकि उस समय उन्होंने पिता शराब के नशे के टुन सी ते सिर्फ रो रहा सी। दरअसल बच्चे अपने पिता के नाल अबोर तो चले सी ते दाखा हल्के दे जोधा कस्बे विच किसे पिंड जा रहे सी। पर जगराओं पहुंचन ते उन्होंने पिता ने शराब पी ली अते अपने आपे तो बाहर होके बच्चों नू मारन लग्या। बच्चे ने कहा कि 2 महीने पहला उन्होंने मां किसी होर दे नाल भज गई सी अते बिना तलाक दे किसी होर व्यक्ति दे नाल रहन लग पई, जिस करके उन्होंने पिता की बहुत ज्यादा बेइज्जती हुई ते बेइज्जती ना सहारदे हुए उन्होंने प्यो शराब पीन लग गया अते हुण ओह उन्होंने बच्चों नू उन्होंने मां दे कोल छड्डन लई लैके जा रहा सी। कित्थों आए हो तुसीं? असीं अबोर तों। ਕੀ ਹੋਇਆ ਕਿ ਇੱਥੇ ਜਗਰਾਉਂ ਕਿਵੇਂ ਪਹੁੰਚ ਗਏ ਫਿਰ? ਇੱਥੇ ਮੇਰੀ ਮੰਮਾ ਨੇ ਦੂਜਾ ਵਿਆਹ ਕਰਾ ਲਿਆ। ਹਾਂ। ਮੇਰੇ ਡੈਡੀ ਕਹਿੰਦਾ ਤੂੰ ਮੈਨੂੰ ਧੋਖਾ ਲੈ ਕੇ ਗਈ ਹੈ ਨਾ, ਮੈਂ ਤਾਂ ਮਰਨਾ। ਹਾਂ। ਡੈਡੀ ਕਹਿੰਦਾ ਤੂੰ ਆਪਦੀ ਮੰਮੀ ਕੋਲ ਜਾਂਦਾ ਰਹਿ, ਇੱਥੇ ਆ ਕੇ ਮੈਂ ਡੈਡੀ ਦੀ ਦਾਰੂ ਪੀ ਗਈ। ਹਾਂ। ਤੇ ਮੇਰੀ ਮੰਮੀ ਨੂੰ ਫੋਨ ਕੀਤਾ ਕਿ ਸਾਨੂੰ ਆ ਕੇ ਲੈ ਜਾ, ਮੰਮੀ ਕਹਿੰਦੀ ਤੇਰੇ ਨਾਲ ਚਾਚੀਆਂ ਮਾਸੀਆਂ ਹੈਗੀਆਂ, ਜੇ ਮੈਂ ਤੁਹਾਡੇ ਕੋਲ ਆਉਂਗੀ ਨਾ ਤੁਹਾਨੂੰ ਲੈਣ ਵਾਸਤੇ ਤੁਸੀਂ ਮੈਨੂੰ ਤਾਂ ਫੜ ਕੇ ਕੁੱਟੋਗੇ। ਤਲਾਕ ਹੋ ਗਿਆ ਸੀ ਡੈਡੀ ਨਾਲ? ਨਹੀਂ ਹੋਇਆ ਤਲਾਕ। ਤੇ ਹੁਣ ਤੁਸੀਂ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਉੱਥੇ ਅਬੋਰ? ਕੀਤੀ ਹੈ ਅਬੋਰ, ਪੁਲਿਸ ਵਾਲੇ ਕਹਿੰਦੇ ਆ ਕਿ ਅਸੀਂ ਕੀ ਕਰੀਏ, ਛੋਟੀ ਮਾਂ ਸੀ ਪੜਾਈ ਆ। ਹਾਂ। ਤਾਂ ਕਹਿੰਦੇ ਆ ਕਿ ਉਹਨੂੰ ਕਿ ਮੇਰੀ ਮੰਮੀ ਵਾਪਸ ਭੇਜ ਦਿਓ, ਕਹਿੰਦਾ ਮੈਂ ਨਹੀਂ ਭੇਜਦਾ। ਤੇ ਡੈਡੀ ਹੁਣ ਸ਼ਰਾਬ ਪੀਂਦਾ ਰਹਿੰਦਾ? ਹਾਂ। ਡੈਡੀ ਕਹਿੰਦਾ ਮੇਰੀ ਪਿੰਡ 'ਚ ਤੂੰ 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 ਕਰਾ ਦੇ, ਸਾਰੇ ਪਾਸੇ ਲੋਕ ਐਵੇਂ ਕਹਿੰਦੇ ਆ ਕਿ ਵੀ ਤੇਰੀ ਜਨਾਨੀ ਭੱਜ ਗਈ, ਤੇਰੀ ਜਨਾਨੀ ਭੱਜ ਗਈ। ਤੇ ਕਿੱਥੇ ਗਈ ਮੰਮੀ ਹੁਣ, ਕੀ ਪਤਾ ਕੁਛ? ਹਾਂ, ਸਾਈਂ ਕਾਲ ਆਏਗਾ ਜੋਧਾ ਕੋਲੇ ਪਿੰਡ ਉੱਥੇ। बच्चा ने यह भी दस्या कि उन्होंने पिता ने अबोहर पुलिस दे कोल रिपोर्ट भी लिखवाई सी, पर पुलिस ने कोई कारवाई नहीं की। पुलिस दे इस रवैये तो तंग आके उसने अपनी पत्नी तो दुखी होके अपने बच्चों नू अपनी पत्नी दे कोल छड़ के आप मरन दी सोच ली। पर जगराओं बस अड्डे ते पहुंच के उस शराब दे नशे विच इस तरह टुन हो चुका सी कि उस नू अपने नाल नाल बच्चों दी भी कोई खबर नहीं सी। ਕਿੰਨੀ ਦੇਰ ਹੋ ਗਈ ਮੰਮੀ ਨੂੰ ਗਈ ਨੂੰ? 2 ਮਹੀਨੇ। ਮੌਕੇ ਤੇ ਜਗਰਾਓਂ ਬੱਸ ਸਟੈਂਡ ਪੁਲਿਸ ਚੌਂਕੀ ਇੰਚਾਰਜ ਕਮਲਦੀਪ ਕੌਰ ਪਹੁੰਚੇ ਤੇ ਉਹਨਾਂ ਨੇ ਬੱਚਿਆਂ ਦੀ ਸਮੱਸਿਆ ਨੂੰ ਸੁਣਦੇ ਹੋਏ ਉਹਨਾਂ ਨੂੰ ਉਹਨਾਂ ਦੇ ਪਿਤਾ ਸਮੇਤ ਆਪਣੇ ਨਾਲ ਲੈ ਗਏ ਅਤੇ ਹਰ ਸੰਭਵ ਮਦਦ ਕਰਨ ਦੀ ਗੱਲ ਕਹੀ। ਅਸੀਂ ਦੇਖ ਰਹੇ ਹਾਂ ਕਿ ਜੋ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹਾਂ। ਮਤਲਬ ਇਹਨਾਂ ਦੀ ਮੰਮੀ ਜਿਵੇਂ ਗਈ ਆ ਉਸ ਹਿਸਾਬ ਨਾਲ ਸਾਰਾ ਵੈਰੀਫਾਈ ਕਰਕੇ ਜਿੰਨੀ ਕੁ ਹੈਲਪ ਹੋਊਗੀ ਪੁਲਿਸ ਕਰੇਗੀ ਇਹਨਾਂ ਦੀ। ਜੀ। ਬਹਿਰਾਲ ਕੁਝ ਵੀ ਹੋਵੇ, ਇੱਕ ਕਲਯੁਗੀ ਮਾਂ ਨੇ ਆਪਣੀ ਕੁੱਖੋਂ ਜੰਮਿਆਂ ਨੂੰ ਰੁਲਣ ਦੇ ਲਈ ਛੱਡ ਦਿੱਤਾ ਤੇ ਪਿਓ ਬੇਇੱਜ਼ਤੀ ਤੋਂ ਡਰਦਾ ਹੋਇਆ ਮੌਤ ਨੂੰ ਗਲੇ ਲਗਾਉਣ ਦੀਆਂ ਗੱਲਾਂ ਕਰ ਰਿਹਾ। ਅਜਿਹੇ ਵਿੱਚ ਇਹਨਾਂ ਬੱਚਿਆਂ ਦਾ ਰਖਵਾਲਾ ਕੌਣ ਹੋਵੇਗਾ? ਜਗਰਾਓਂ ਤੋਂ ਹੇਮਰਾਜ ਬੱਬਰ ਦੀ ਰਿਪੋਰਟ, ਵਰਡ ਪੰਜਾਬੀ ਟੀਵੀ।